ਗਰਮੀਆਂ ਦੀਆਂ ਛੁੱਟੀਆਂ ਕੱਟਣ ਨਾਨੀ ਘਰ ਗਏ ਬੱਚਿਆਂ ਦੇ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਹੈ, ਜਿੱਥੇ 3 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਹੈ ਤੇ 5 ਬੱਚੇ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੈ। ਦੱਸ ਦਈਏ ਕਿ ਨਾਨੀ ਦਾ ਘਰ ਜੋ ਕਿ ਹਲੇ ਇਮਾਰਤ ਦੀ ਉਸਾਰੀ ਹੋ ਰਹੀ ਸੀ ਤੇ ਇਸ ਘਰ ਦੇ ਵਿੱਚ ਇਹ ਬੱਚੇ ਖੇਡ ਰਹੇ ਸਨ ਤਾਂ ਅਚਾਨਕ ਮੀਂਹ ਦੇ ਕਾਰਨ ਕੰਧ ਜਿਹੜੀ ਹੈ ਨਾ ਬੱਚਿਆਂ ਦੇ ਉੱਤੇ ਆ ਡਿੱਗੀ। ਇਸ ਮਲਬੇ ਹੇਠਾਂ 8 ਬੱਚੇ ਦੱਬ ਗਏ, ਜਿਨ੍ਹਾਂ ਦੇ ਵਿੱਚੋਂ 3 ਦੀ ਤਾਂ ਥਾਂ ਹੀ ਮੌਤ ਹੋ ਗਈ, ਜਦਕਿ 5 ਬੱਚੇ ਬੁਰੀ ਤਰ੍ਹਾਂ ਜ਼ਖਮੀ ਨੇ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ ਮਿੰਟਾਂ ਦੇ ਵਿੱਚ ਚੀਕ ਚਿਹਾੜਾ ਮੱਚ ਗਿਆ, ਪੂਰਾ ਮੁਹੱਲਾ ਇਕੱਠਾ ਹੋ ਗਿਆ। ਬੱਚੇ ਨਿੱਕੇ ਨਿੱਕੇ ਜੋ ਮਲਬੇ ਹੇਠਾਂ ਦਬੇ ਸਨ ਉਹਨਾਂ ਨੂੰ ਬੜੀ ਮੁਸ਼ਕਿਲ ਦੇ ਨਾਲ ਕੱਢਿਆ ਗਿਆ। ਹਾਲਾਂਕਿ ਇਹਨਾਂ ਬੱਚਿਆਂ ਨੂੰ ਕੱਢਦਿਆਂ 3 ਬੱਚਿਆਂ ਦੀ ਤਾਂ ਮੌਤ ਹੋ ਚੁੱਕੀ ਸੀ ਤੇ 5 ਬੱਚੇ ਹੋਰ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੈ। ਇਹਨਾਂ ਬੱਚਿਆਂ ਦੀ ਉਮਰ 4 ਸਾਲ ਤੋਂ ਲੈ ਕੇ 15 ਸਾਲ ਤੱਕ ਹੈ ਜੋ ਇਸ ਕੰਧ ਦੇ ਹੇਠਾਂ ਦੱਬੇ ਗਏ ਸਨ ਤੇ ਬੜੀ ਮੁਸ਼ਕਿਲ ਦੇ ਨਾਲ ਇਹਨਾਂ ਨੂੰ ਇਲਾਕਾ ਵਾਸੀਆਂ ਦੇ ਵੱਲੋਂ ਬਾਹਰ ਕੱਢਿਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਹੜਕੰਪ ਮੱਚ ਗਿਆ ਹੈ, ਪੂਰੇ ਮੁਹੱਲੇ ਦੇ ਵਿੱਚ ਚੀਕ ਚਿਹਾੜਾ ਪੈ ਗਿਆ ਹੈ, ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਘਰ ਦੇ ਵਿੱਚ ਇਹ ਬੱਚੇ ਖੇਡ ਰਹੇ ਸਨ, ਆਪਣੀ ਨਾਨੀ ਦੇ ਘਰ ਗਏ ਹੋਏ ਸਨ। ਗਰਮੀਆਂ ਦੀਆਂ ਛੁੱਟੀਆਂ ਕੱਟਣ, ਛੁੱਟੀਆਂ ਖਤਮ ਹੋਣ ਵਾਲੀਆਂ ਸਨ ਤਾਂ ਬੱਚੇ ਆਪਣੀ ਨਾਨੀ ਦੇ ਘਰ ਸਮਾਂ ਬਿਤਾ ਰਹੇ ਸਨ, ਖੇਡ ਰਹੇ ਸਨ। ਤਾਂ ਜਿੱਥੇ ਬੱਚੇ ਖੇਡ ਰਹੇ ਸੀ ਉੱਥੇ ਹੀ ਇੱਕ ਕੰਧ ਜਿਹੜੀ ਹੈ ਮੀਂਹ ਦੇ ਕਾਰਨ ਕਮਜ਼ੋਰ ਹੋ ਗਈ ਸੀ, ਉਹਨਾਂ ਬੱਚਿਆਂ 'ਤੇ ਆ ਡਿੱਗਦੀ ਹੈ। 3 ਬੱਚਿਆਂ ਦੀ ਤਾਂ ਥਾਂ ਹੀ ਮੌਤ ਹੋ ਜਾਂਦੀ ਹੈ, ਜਦਕਿ 5 ਬੱਚਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜੋ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਨੇ। ਮਰਨ ਵਾਲਿਆਂ ਦੇ ਵਿੱਚ ਅਹਿਦ, ਆਦਿਲ ਤੇ ਅਲਫਿਜ਼ਾ ਆ, ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 5 ਹੋਰ ਬੱਚੇ ਨੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਜ਼ਖਮੀ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਉੱਧਰ ਮ੍ਰਿਤਕ ਬੱਚਿਆਂ ਦੇ ਘਰਾਂ 'ਚ ਮਾਤਮ ਪਸਰ ਗਿਆ ਹੈ ਤੇ ਮਾਪਿਆਂ ਦੇ ਹੰਝੂ ਰੁਕ ਨਹੀਂ ਰਹੇ।